ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਖਰੀਕਾ ਜੋਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਤੁਹਾਡੇ ਤੱਕ ਖਬਰ ਪਹੁੰਚੀ ਗਈ ਹੋਣੀ ਹੈ ਕਿ ਪੀਟਰ ਪਲੱਸ ਵੀ ਨੇ ਕਾਫੀ ਸਾਰੀਆਂ ਪੋਸਟਾਂ ਦਾ ਸਿਲੇਬਸ ਆਊਟ ਕੀਤਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਿਹੜੀ ਕਲਰਕ ਦੀ ਭਰਤੀ ਹੈ ਇਸ਼ਤਿਹਾਰ ਨੰਬਰ 15/2022 ਜਿਹਦੇ ਫਾਰਮ ਹਾਲੇ ਭਰੇ ਜਾ ਰਹੇ ਹਨ 29 ਜੁਲਾਈ 2022 ਤੱਕ ਫਾਰਮ ਉਹਦੇ ਭਰੇ ਜਾਣੇ ਹਨ ਤਿੰਨ ਤਰ੍ਹਾਂ ਦੀ ਹੋਈ ਪੋਸਟਾਂ ਕਲਰਕ ਆਈਟੀ ਕਲਰਕ ਅਕਾਊਂਟਸ ਕਲਰਕ ਉਸ ਪ੍ਰਤੀ ਬਾਰੇ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਸਿਲੇਬਸ ਕਿਵੇਂ ਆਇਆ ਸਿਲੇਬਸ ਦੇ ਵਿੱਚ ਕੀ ਕੀ ਚੇਂਜਸ ਨੇ ਤੇ ਪੂਰੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਜਦੋਂ ਐਨਲਾਈਜ਼ ਕੀਤਾ ਸਿਲੇਬਸ ਤਾਂ ਮੈਨੂੰ ਇੱਕ ਚੀਜ਼ ਇਹਦੇ 'ਚ ਦੇਖਣ ਨੂੰ ਮਿਲੀ ਆ ਕਿ ਜਿਹੜਾ ਸਿਲੇਬਸ ਆ ਇਹ ਪੀਪੀਐਸਸੀ ਪੈਟਰਨ ਤੇ ਆਧਾਰਿਤ ਆ ਠੀਕ ਆ ਤੇ ਜਿਹੜਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰਾ ਹੀ ਪੀਪੀਐਸਸੀ ਪੈਟਰਨ ਨਾਲ ਮੇਲ ਮੇਲ ਖਾਂਦਾ ਸਿਲੇਬਸ ਆ ਆਪਾਂ ਇਹ ਕਹਿ ਸਕਦੇ ਆ ਵੀ ਉਦੇ ਨਾਲ ਰਲਦਾ ਮਿਲਦਾ ਜਿਹੜਾ ਸਿਲੇਬਸ ਆ ਜਾਂ ਪੇਪਰ ਪੈਟਰਨ ਉਹਦੇ ਨਾਲ ਦਾ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਿ ਪੀਪੀਐਸਸੀ ਦਾ ਪੇਪਰ ਪੈਟਰਨ ਅਲੱਗ ਹੁੰਦਾ ਸੀ ਆਪਣੇ ਹਿਸਾਬ ਨਾਲ ਜਿਵੇਂ ਜੀਕੇ ਦੇ ਕੁਐਸਚਨ ਕਿੰਨੇ ਪਾਉਣੇ ਆ ਬਾਕੀ ਸਬਜੈਕਟ ਵਾਈਜ਼ ਕਿੰਨੇ ਪਾਉਣੇ ਆ ਜੋ ਵੀ ਸਬਜੈਕਟ ਦਾ ਸਿਲੇਬਸ ਹੈ ਤਾਂ ਹੁਣ ਇਹਦੇ 'ਚ ਕੁਝ ਚੇਂਜੇਸ ਕੀਤੇ ਗਏ ਨੇ ਮੇਜਰ ਚੇਂਜੇਸ ਨੇ ਜਿਹੜੇ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਐਮਸੀਕਿਊ ਫਾਰਮੈਟ ਦੇ ਵਿੱਚ ਤੁਹਾਡਾ ਉਹ ਐਮਆਰ ਬੇਸਡ ਪੇਪਰ ਹੋਣਾ ਹੈ 네ਗੇਟਿਵ ਮਾਰਕਿੰਗ ਹੋਏਗੀ ਇੱਕ ਨੰਬਰ ਦਾ ਇੱਕ ਕੁਐਸਚਨ ਹੋਏਗਾ 0.25 ਦੀ ਜਿਹੜੀ ਨੈਗੇਟਿਵ ਮਾਰਕਿੰਗ ਹੈ 1/4 ਜਿਹਨੂੰ ਕਹਿੰਦੇ ਨੇ ਤੁਸੀਂ ਈਚ ਰੋਂਗ ਆਨਸਰ ਲਈ ਤੇ 2 ਘੰਟੇ ਦੀ ਡਿਊਰੇਸ਼ਨ ਹੋएगी ਪੇਪਰ ਦੀ ਤੇ 120 ਕੁਐਸਚਨ ਹੋਣਗੇ ਤੇ ਹੁਣ ਜਿਹੜੇ ਲਗਭਗ ਮੇਰਾ ਖਿਆਲ ਹੈ ਜਿੰਨੇ ਵੀ ਐਗਜ਼ਾਮ ਲੈਣੇ ਆ ਟ੍ਰਿਪਲ ਐਸਬੀ ਨੇ ਸਾਰਿਆਂ ਦੇ ਵਿੱਚ 120 ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਭਾਵ ਕਿ 120 ਮਿੰਟ ਚ 120 ਕੁਐਸਚਨ ਤੁਸੀਂ ਕਰਨੇ ਹੋਣਗੇ ਪਹਿਲਾਂ ਕੀ ਹੁੰਦਾ ਸੀਗਾ ਕਿ 120 ਮਿੰਟ ਤੁਸੀਂ ਕੇਵਲ 100 ਕੁਐਸਚਨ ਕਰਨਾ ਹੁੰਦਾ ਸੀ ਜਿਹੜੇ ਪਿੱਛੇ ਆਪਾਂ ਪੇਪਰ ਦੇਖੇ ਨੇ ਉਨ੍ਹਾਂ ਦੇ ਵਿੱਚ ਇਹ ਟਾਈਮਿੰਗ ਖੰਭੀ ਸੀ ਬਟ ਇਹ ਆ ਕਿ ਹੁਣ ਟਾਈਮ ਟਾਈਮ ਥੋੜਾ ਤੁਹਾਨੂੰ ਖਿੱਚਵਾ ਟਾਈਮ ਮਿਲੇਗਾ 2 ਘੰਟੇ ਦੇ ਵਿੱਚ 120 ਕੁਐਸਚਨ ਮੰਨਣਗੇ ਤੇ ਪੈਟਰਨ ਜਿਹੜਾ ਇਸ ਤਰ੍ਹਾਂ ਰਹੇਗਾ ਸਭ ਤੋਂ ਪਹਿਲਾਂ ਜਿਵੇਂ ਅਕਾਊਂਟਸ ਕਲਰਕ ਦੀ ਗੱਲ ਕਰ ਰਹੇ ਆ ਜਿਹੜਾ ਪਾਰਟ A ਆ ਤੁਹਾਡਾ ਸਿਲੇਬਸ ਦਾ ਠੀਕ ਆ ਜਿਹਦੇ ਵਿੱਚੋਂ ਅਕਾਊਂਟਸ ਕਲਰਕ ਦੇ ਲਈ ਤੁਹਾਡੇ ਸਬਜੈਕਟ ਦੇ ਵਿੱਚੋਂ 90 ਕੁਐਸਚਨ ਆਣੇ ਆ ਤੇ 30 ਕੁਐਸਚਨ ਆਣੇ ਆ ਤੁਹਾਨੂੰ ਜੀਕੇ ਇੰਗਲਿਸ਼ ਪੰਜਾਬੀ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ ਠੀਕ ਆ ਜੀ ਤਾ 120 ਕੁਐਸਚਨ ਹੋਗੇ ਤੁਹਾਡੇ 120 ਮਾਰਕਸ ਦੇ ਮਲਟੀਪਲ ਚੁਆਇਸ ਕੁਐਸਚਨ ਹੋਗੇ ਤੇ ਅੱਗੇ ਤੁਹਾਨੂੰ ਸਬਜੈਕਟ ਦਾ ਸਿਲੇਬਸ ਵੀ ਦਿਖਾ ਦਿੰਨੇ ਆ ਇਹ ਜਿਵੇਂ ਪਾਰਟ ਏ ਦਾ ਸਿਲੇਬਸ ਹੈ ਅਕਾਊਂਟਸ ਕਲਰਕ ਦੇ ਲਈ ਜਿਹਦੇ ਵਿੱਚ ਫਾਈਨੈਂਸ਼ੀਅਲ ਅਕਾਊਂਟਿੰਗ ਕੋਸਟ ਅਕਾਊਂਟਿੰਗ ਟੈਕਸੇਸ਼ਨ ਆਡਿਟਿੰਗ ਫਾਈਨੈਂਸ਼ੀਅਲ ਮੈਨੇਜਮੈਂਟ ਫਾਈਨੈਂਸ਼ੀਅਲ ਮਾਰਕੀਟਸ ਐਂਡ ਇੰਸਟੀਟਿਊਸ਼ਨਸ ਲੀਗਲ ਐਸਪੈਕਟਸ ਆਫ ਬਿਜ਼ਨਸ ਤਾਈ ਸੀਗਾ ਪਾਰਟ ਏ ਦਾ ਸਿਲੇਬਸ ਜਿਹਦੇ ਚੋਂ 90 ਕੁਐਸਚਨ ਤੁਹਾਨੂੰ ਆਉਣੇ ਆ ਉਸ ਤੋਂ ਬਾਅਦ ਜਿਹੜੇ 30 ਕੁਐਸਚਨ ਆਉਣੇ ਤੁਹਾਨੂੰ ਤਦੋਂ 5 ਵੀ ਪੋਸਟ ਚੱਕ ਕੇ ਦੇਖੋਗੇ ਪੀਪੀਐਸਸੀ ਦੀ ਉਹਦੇ ਵਿੱਚ ਦੇਖੋਗੇ ਟਾਪਿਕਸ ਤੁਹਾਨੂੰ ਲਗਭਗ ਲਗਭਗ ਸੇਮ ਮਿਲਣਗੇ ਠੀਕ ਹੈ ਤੇ ਇਹਦੇ ਵਿੱਚ ਜਿੱਦਾਂ ਜੀਕੇ ਦੇ ਵਿੱਚ ਇਹਨਾਂ ਨੇ ਕਿਹਾ ਕਿ 10 ਕੁਐਸਚਨ ਹੋਣੇ ਆ ਜੀਕੇ ਦੇ ਵਿੱਚ ਅਪਰੋਕਸ ਪੋਲੀਟੀਕਲ ਇਸ਼ੂਜ਼ এনवायरमेंट ਇਸ਼ੂਜ਼ ਕਰੰਟ ਅਫੇਅਰ ਸਾਇੰਸ ਐਂਡ ਟੈਕਨੋਲੋਜੀ ਇਕਨੋਮਿਕ ਇਸ਼ੂਜ਼ ਹਿਸਟਰੀ ਆਫ ਇੰਡੀਆ ਸਪੋਰਟਸ ਸਿਨੇਮਾ ਐਂਡ ਲਿਟਰੇਚਰ ਉਸ ਤੋਂ ਬਾਅਦ ਲੌਜੀਕਲ ਰੀਜ਼ਨਿੰਗ ਦੇ ਟਾਪਿਕਸ ਨੇ ਨੌਨ ਵਰਬਲ ਰੀਜ਼ਨਿੰਗ ਦੇ ਟਾਪਿਕਸ ਨੇ ਦੈਨ ਤੁਹਾਡੇ ਬੇਸਿਕ ਨੰਮਰਿਕਲ ਸਕਿਲਸ ਦੇ ਜਿਹੜਾ ਇਹਦੇ ਵਿੱਚ ਹੈਗੇ ਆ ਜੀ ਨਾਨ ਵਰਬਲ ਦੇ ਵਿੱਚ ਜਿਵੇਂ ਸੀਰੀਜ਼ ਕਲਾਸੀਫਿਕੇਸ਼ਨ ਬੇਸਿਕ ਨੰਮਰਿਕਲ ਸਕਿਲਸ ਪਰਸੈਂਟੇਜ ਵਗੈਰਾ ਤਾਂ ਇਹਦੇ ਵਿੱਚ ਵੀ ਅਪਰੋਕਸ ਜਿਹੜੇ 10 ਕੁਐਸਚਨ ਤੋਂ ਨਾਉਣੇ ਆ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਅਬਿਲਿਟੀ ਦੇ ਵਿੱਚ ਉਸ ਤੋਂ ਬਾਅਦ ਇੰਗਲਿਸ਼ ਦੇ 5 ਕੁਐਸਚਨ ਆ ਜੀ ਤੇ ਪੰਜਾਬੀ ਦੇ 5 ਕੁਐਸਚਨ ਤੇ ਪੰਜਾਬੀ ਦੇ ਵੀ ਟੌਪਿਕ ਦਿੱਤੇ ਆ ਇੰਗਲਿਸ਼ ਦੇ ਵੀ ਦਿੱਤੇ ਆ ਤੇ 30 ਜਿਹੜਾ ਮੈਕਸਿਮਮ ਮਾਰਕਸ ਆ ਤੇ ਇਹ ਜਿਹੜਾ ਟੈਂਟੇਟਿਵ ਸਿਲੇਬਸ ਕਾਉਂਸਲਰ ਕਰਕੇ ਦਾ ਇਹਨਾਂ ਵੱਲੋਂ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਆਪਾਂ ਗੱਲ ਕਰ ਲੈ ਆਈਟੀ ਕਲਰਕ ਦੀ ਆਈਟੀ ਕਲਰਕ ਦੇ ਵਿੱਚ ਜਿਹੜਾ ਸਿਲੇਬਸ ਦਿੱਤਾ ਹੈ ਬਾਕੀ ਸਾਰੀਆਂ ਚੀਜ਼ਾਂ ਸੇਮ ਰਹਿਣਗੀਆਂ 120 ਕੁਐਸਚਨ 2 ਘੰਟੇ ਚ ਕਰਨੇ ਹੋਣਗੇ 네ਗੇਟਿਵ ਮਾਰਕਿੰਗ ਹੋਏਗੀ ਉਸ ਤੋਂ ਬਾਅਦ 90 ਕੁਐਸਚਨ ਇਹਦੇ ਸਬਜੈਕਟ ਚੋਂ ਆਉਣਗੇ 30 ਕੁਐਸਚਨ ਜਿਹੜੇ ਜਨਰਲ ਪਾਰਟ ਚੋਂ ਆਉਣਗੇ ਜਿਹਦੇ ਵਿੱਚ ਜੀਕੇ ਇੰਗਲਿਸ਼ ਪੰਜਾਬੀ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਵਗੈਰਾ ਆ ਜਾਂਦੀ ਹੈ ਤੇਰਾ ਵੀ ਸਿਲੇਬਸ ਦੇਖ ਲੈਣਾ ਆਈਟੀ ਦੇ ਵਿੱਚ ਜਿੱਦਾਂ ਫੰਡਾਮੈਂਟਲ ਆਫ ਕੰਪਿਊਟਰ, ኦਪਰੇਟਿੰਗ ਸਿਸਟਮ, ਡੀਬੀਐਮਐਸ, ਕੰਪਿਊਟਰ ਆਰਗਨਾਈਜੇਸ਼ਨ, ਡਾਟਾ ਸਟਰਕਚਰ, ਪ੍ਰੋਗਰਾਮਿੰਗ ਸਕਿੱਲ ਤੇ ਸੀ ਪ੍ਰੋਗਰਾਮ। ਤਾਂ ਇਹ ਸਾਰਾ ਜਿਹੜਾ ਆਈਟੀ ਕਲਰਕ ਦੇ ਵਿੱਚ ਰਹੇਗਾ। ਡਾਟਾ ਕਮਿਊਨੀਕੇਸ਼ਨ, ਕੰਪਿਊਟਰ ਨੈਟਵਰਕ, ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਪਾਰਟ ਏ ਦੇ ਵਿੱਚ ਜੋ 90 ਕੁਐਸਚਨ ਆਉਣੇ ਆ। ਉਸ ਤੋਂ ਬਾਅਦ ਜਿਹੜੇ 30 ਕੁਐਸਚਨ ਆਉਣੇ ਆ ਤੁਹਾਨੂੰ ਜਨਰਲ ਪਾਰਟ ਚ ਆਉਣੇ ਆ ਜਿਹਦੇ ਵਿੱਚ ਜੀਕੇ ਆ ਗਈ, ਲੌਜੀਕਲ ਰੀਜ਼ਨਿੰਗ, ਮੈਂਟਲ ਅਬਿਲਿਟੀ, ਇੰ ਜਿੰਨਾਂ ਜਿੰਨਾਂ ਦੇ ਵਿੱਚ 30 30 ਵਾਲਾ ਪਾਰਟ ਹੋਏਗਾ ਉਹ ਸੇਮ ਹੀ ਹੋਣਗੇ ਟਾਪਿਕ ਠੀਕ ਹੈ ਹੁਣ ਆਪਾਂ ਗੱਲ ਕਰ ਲੈਣਾ ਮੇਨ ਜਿਹੜਾ ਜਿਹੜੀ ਪੋਸਟ ਹੈ ਦੇ ਵਿੱਚ ਕਲਰਕ ਦੀ ਜਿਹੜੀ ਨਾਰਮਲ ਕਲਰਕ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਵੀ ਸੇਮ ਫੰਡਾ 네ਗੇਟਿਵ ਮਾਰਕਿੰਗ ਵਾਲਾ ਟਾਈਮਿੰਗ ਵਾਲਾ ਤੇ ਨੰਬਰ ਆਫ ਕੁਐਸਚਨਸ ਵਾਲਾ ਬਟ ਇਹ ਜਿੱ ਇੱਕ ਚੀਜ਼ ਹੈ ਕਿ ਇਹ ਇੱਕ ਨਾਰਮਲ ਪੋਸਟ ਤੁਸੀਂ ਕਹਿ ਸਕਦੇ ਹੋ ਠੀਕ ਹੈ ਸਬਜੈਕਟ ਸਪੈਸਿਫਿਕ ਪੋਸਟ ਨਹੀਂ ਹੈਗੀ ਇਹ ਇਸ ਕਰਕੇ 120 ਕੁਐਸਚਨ ਇਹਦੇ ਚ ਆਣੇ ਆ ਜੀਕੇ ਦੇ கரنٹ ਅਫੇਅਰ ਦੇ ਇੰਗਲਿਸ਼ ਪੰਜਾਬੀ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਪੰਜਾਬ ਹਿਸਟਰੀ ਐਂਡ ਕਲਚਰ ਤੇ ਕੰਪਿਊਟਰ ਤੇ ਇਹਦੀ ਆਪਾਂ ਵੇਟੇਜ ਦੇਖ ਲੈਂਦੇ ਆ ਜਿਹਦੇ ਵਿੱਚ ਜੀਕੇ கரنٹ ਅਫੇਅਰ ਦੀ ਜਿਹੜੀ ਵੇਟੇਜ ਰਹਿਣੀ ਆ ਉਹ 30 ਕੁਐਸਚਨਸ ਦੀ ਰਹਿਣੀ ਆ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਦੇ ਵੀ 30 ਕੁਐਸਚਨ ਇੰਗਲਿਸ਼ ਦੇ 15 ਪੰਜਾਬੀ ਦੇ 15 ਕੰਪਿਊਟਰ ਦੇ 10 ਤੇ ਪੰਜਾਬ ਹਿਸਟਰੀ ਐਂਡ ਕਲਚਰ ਦੇ 20 ਕੁਐਸਚਨ ਇਹਦੇ ਰਹਿਣੇ ਆ ਤਾਂ 120 ਜਿਹੜੇ ਤੁਹਾਡੇ ਕੁਐਸਚਨ ਬਣਦੇ 120 ਹੀ ਤੁਹਾਡੇ ਮਾਰਕਸ ਬਣਦੇ ਆ ਤੇ ਇਹ ਸੀਗਾ ਦੋਸਤੋ ਸਿਲੇਬਸ ਜਿਹੜਾ ਇਸ਼ਤਿਹਾਰ ਨੰਬਰ 15/2022 ਕਲਰਕ ਆਈਟੀ ਕਲਰਕ ਤੇ ਅਕਾਊਂਟਸ ਕਲਰਕ ਦੀ ਜਿਹੜੀ ਇਹ ਭਰਤੀ ਆ ਤੇ 올 ది ਬੈਸਟ ਜਿੰਨੇ ਵੀ ਕੈਂਡੀਡੇਟਸ ਅਪੀਅਰ ਹੋਣਗੇ ਆਉਣ ਵਾਲੇ ਟਾਈਮ 'ਚ ਤੇ ਟਾਈਪਿੰਗ ਆਪਣੀ ਨਾਲ ਨਾਲ ਜ਼ਰੂਰ ਸਿੱਖਦੇ ਰਹੋ ਕਿਉਂਕਿ ਐਗਜ਼ਾਮ ਤੋਂ ਬਾਅਦ ਟਾਈਪਿੰਗ ਹੀ ਇਹਦੇ 'ਚ ਮੇਨ ਹੁੰਦੀ ਆ ਤੇ 올 ది ਬੈਸਟ ਬਾਕੀ ਦੇ ਅਪਡੇਟਸ 'ਤੇ ਸਾ ਨਾਲ ਬਣੇ ਰਹੋ ਜੁੜਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਾਸਿਕ